ਫੁਕਰਪੁਣੇ ਤੇ ਮੂਰਖਤਾ ਦੀ ਵੀ ਕੋਈ ਹੱਦ ਸੀਮਾ ਹੁੰਦੀ ਆ ਪਰ ਸਾਡੇ ਲੋਕ ਸਾਰੀਆਂ ਹੱਦਾਂ ਸਰਹੱਦਾਂ ਜਿਹੜੀਆਂ ਉਹ ਪਾਰ ਕਰ ਗਏ ਆ ਆਹ ਵੀਡੀਓ ਵੇਖੋ ਤੁਹਾਨੂੰ ਪਤਾ ਲੱਗ ਹੀ ਜਾਣਾ ਵਾ ਤੇ ਇਹ ਟ੍ਰੈਂਡ ਵੀ ਬੜਾ ਚੱਲਿਆ ਕਿ ਕੇਕ ਨੂੰ ਚੰਗੀ ਤਰ੍ਹਾਂ ਮੂੰਹ ਦੇ ਉੱਤੇ ਲਿਪਣਾ ਵਾ ਉਹਦੀ ਵੀਡੀਓ ਬਣਾ ਨੈਟ ਤੇ ਪਾਉਣੀ ਫਿਰ ਸਾਰੀਆਂ ਜਿਹੜੀ ਜਨਤਾ ਕੋਲੋਂ ਉਹ ਲਾਹਨਤਾਂ ਵੀ ਖੱਟਣੀਆਂ ਵਾ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਧੜਕਣ ਪੰਜਾਬੀ ਉੱਪਰ ਦੋਸਤੋ ਨਵੀਆਂ ਅਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਦੋਸਤੋ ਗਾਇਕ ਕੋਰ ਵਾਲੇ ਮਾਨਨੋਈ ਸਿੰਘ ਨੇ ਵੱਡੀ ਗੱਲ ਪਿੱਛੇ ਦਲੀਲ ਦਿੰਦਿਆਂ ਲਾਹਨਤਾਂ ਪਾਈਆਂ ਅਰਜਨ ਢਿੱਲੋਂ ਦਾ ਵਿਰੋਧੀ ਨੂੰ ਵੱਖਰੇ ਤਰੀਕੇ ਨਾਲ ਜਵਾਬ ਜੀ ਹਾਂ ਦੋਸਤੋ ਕੋਰ ਵਾਲਾ ਮਾਨ ਜੋ ਕਿ ਵਧੀਆ ਗਾਇਕ ਅਤੇ ਕਲਾਕਾਰ ਜ਼ਰੂਰ ਕਹਾਏ ਜਾ ਸਕਦੇ ਹਨ ਕਿਉਂਕਿ ਪਿਛਲੇ 1 ਸਾਲ ਦੇ ਅੰਦਰ ਕੋਰ ਵਾਲੇ ਮਾਨ ਨੇ ਆਪਣੀ ਗਾਇਕੀ ਨਾਲ ਵੱਖਰਾ ਨਾਮ ਵੀ ਕਮਾਇਆ ਹੈ ਇਹਨਾਂ ਦਾ ਹਰ ਇੱਕ ਗਾਣਾ ਦਰਸ਼ਕਾਂ ਨੂੰ ਕਾਫੀ ਜ਼ਿਆਦਾ ਪਸੰਦ ਵੀ ਆਉਂਦਾ ਰਿਹਾ ਫਿਰ ਉਹ ਭਾਵੇਂ ਡੂਟ ਗਾਣਾ ਹੋਵੇ ਜਾਂ ਫਿਰ ਸੋਲੋ ਗਾਣਾ ਪਰ ਅੱਜ ਕੱਲ ਕੋਰ ਵਾਲਾ ਮਾਨ ਆਪਣੀ ਇੱਕ ਹਰਕਤ ਕਰਕੇ ਵਿਵਾਦ ਵਿੱਚ ਦਿਖਾਈ ਦੇ ਰਿਹਾ ਹਨ ਜਿਸ ਤੇ ਇਸ ਸਿੰਘ ਨੇ ਸੋਸ਼ਲ ਮੀਡੀਆ ਤੇ ਕੋਰ ਵਾਲੇ ਮਾਨ ਨੂੰ ਲਾਹਨਤਾਂ ਹੀ ਪਾ ਦਿੱਤੀਆਂ ਇਸ ਵੀਡੀਓ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਸਿੰਘ ਵੱਲੋਂ ਪੂਰੀ ਦਲੀਲ ਦਿੰਦਿਆਂ ਹੀ ਕੋਰ ਵਾਲੇ ਨੂੰ ਕਿਹਾ ਗਿਆ ਕਿ ਜੋ ਬਹੁਤ ਸਾਰੇ ਕੇਕ ਵੇਸਟ ਕਰ ਰਹੇ ਹਨ ਉਹ ਕਿਸੇ ਦਾ ਰਿਸਕ ਵੀ ਹੋ ਸਕਦਾ ਹੈ ਫੁਕਰਪੁਣੇ ਤੇ ਮੂਰਖਤਾ ਦੀ ਵੀ ਕੋਈ ਹੱਦ ਸੀਮਾ ਹੁੰਦੀ ਆ ਪਰ ਸਾਡੇ ਲੋਕ ਸਾਰੀਆਂ ਹੱਦਾਂ ਸਰਹੱਦਾਂ ਜਿਹੜੀਆਂ ਉਹ ਪਾਰ ਕਰ ਗਏ ਆ ਆਹ ਵੀਡੀਓ ਵੇਖੋ ਤੁਹਾਨੂੰ ਪਤਾ ਲੱਗ ਹੀ ਜਾਣਾ ਵਾ ਤੇ ਇਹ ਟ੍ਰੈਂਡ ਵੀ ਬੜਾ ਚੱਲਿਆ ਕਿ ਕੇਕ ਨੂੰ ਚੰਗੀ ਤਰ੍ਹਾਂ ਮੂੰਹ ਦੇ ਉੱਤੇ ਲਿਪਣਾ ਵਾ ਉਹਦੀ ਵੀਡੀਓ ਬਣਾ ਨੈਟ ਤੇ ਪਾਉਣੀ ਫਿਰ ਸਾਰੀਆਂ ਜਿਹੜੀ ਜਨਤਾ ਕੋਲੋਂ ਉਹ ਲਾਹਨਤਾਂ ਵੀ ਖੱਟਣੀਆਂ ਵਾ ਤੇ ਰਿਜਕ ਜਿਹੜਾ ਵਾ ਉਹਨੂੰ ਬਰਬਾਦ ਕਰਨ ਦੀ ਬਜਾਏ ਇਦਾਂ ਚੰਗੀ ਤਰ੍ਹਾਂ ਆਰਾਮ ਨਾਲ ਪੂਰੇ ਪਰਿਵਾਰ 'ਚ ਬਹਿ ਕੇ ਖਾਧਾ ਜਾਵੇ ਤੇ ਕੀ ਮਾੜਾ ਵਾ ਤੇ ਇਦਾਂ ਦਰਸਾਉਣ ਦੇ ਨਾਲ ਦੱਸਣ ਦੇ ਨਾਲ ਹੁੰਦਾ ਕੀ ਆ ਇਹ ਭੇਡ ਚਾਲਾ ਜਦੋਂ ਇੱਕ ਨੇ ਇਦਾਂ ਕਰ ਦਿੱਤਾ ਨਾ ਹੋ ਸਕਦਾ ਕਿਸੇ ਨੇ ਭਾਵੇਂ ਸ਼ਰਾਰਤ ਨਾਲ ਉਦਾਂ ਹੀ ਕਰਕੇ ਵੀਡੀਓ ਪਾਤੀ ਹੋਵੇ ਤੇ ਬਾਕੀ ਜਨਤਾ ਜਿਹੜੀ ਉਹ ਵੇਖੋ ਵੇਖੀ ਬਸ ਵੀ ਮੈਂ ਪਿੱਛੇ ਨਾ ਰਹਿ ਜਾਵਾਂ ਭਾਵੇਂ ਅਗਲਾ ਖੂਹ ਸਾਲ ਮਾਰ ਦੇ ਮੈਂ ਵੀ ਮਰਨਾ ਹੀ ਮਰਨਾ ਵਾ ਤੇ ਇਦਾਂ ਦੇ ਪਸ਼ੂ ਨਹੀਂ ਕਰਦੇ ਉਹ ਵੀ ਖੁਰਲੀ 'ਚੋਂ ਪੱਠੇ ਜਿਹੜੇ ਬਾਹਰ ਨਹੀਂ ਸੁੱਟਦੇ ਤੇ ਸਾਡੀ ਜਿਹੜੀ ਬਿਰਤੀ ਆ ਉਹ ਪਸ਼ੂਆਂ ਨਾਲੋਂ ਵੀ ਮਾੜੀ ਹੋ ਗਈ ਆ ਤੇ ਇਹ ਆਪਾਂ ਜਨਾਜ਼ਾ ਜਿਹੜਾ ਆਪਣਾ ਅਗਲਦਾਨ ਆ ਉਹ ਆਪ ਖੁਦ ਕੱਢ ਰਹੇ ਆ ਦੱਸ ਰਹੇ ਆ ਕਿ ਅਸੀਂ ਪਸ਼ੂਆਂ ਨਾਲੋਂ ਵੀ ਭੈੜੇ ਹੋ ਗਏ ਆ ਹੁਣ ਗੱਲ ਗਾਇਕ ਅਰਜਨ ਢਿੱਲੋਂ ਦੀ ਕਰ ਲਈਏ ਜੋ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੁਰਖੀਆਂ ਵਿੱਚ ਦਿਖਾਈ ਦੇ ਰਹੇ ਹਨ ਦੂਸਰੇ ਗਾਇਕ ਪ੍ਰੇਮ ਢਿੱਲੋਂ ਦੇ ਕਰਕੇ ਦੱਸ ਦਈਏ ਕਿ ਪ੍ਰੇਮ ਢਿੱਲੋਂ ਨੇ ਆਪਣੇ ਨਵੇਂ ਗਾਣੇ ਪੁਰਾਣੇ ਵਿੱਚ ਕੁਝ ਲਾਈਨਾਂ ਕਹੀਆਂ ਸਨ ਕਿ ਨਾਮ ਬਦਲ ਕੇ ਬੰਦੇ ਸਟਾਰ ਬਣਦੇ ਨੇ ਤੇ ਕਿਹਾ ਗਿਆ ਕਿ ਇਹ ਗੱਲ ਪ੍ਰੇਮ ਨੇ ਅਰਜਨ ਨੂੰ ਕਹੀ ਸੀ ਸੋਸ਼ਲ ਮੀਡੀਆ ਤੇ ਦੱਸਿਆ ਜਾ ਰਿਹਾ ਕਿ ਅਰਜਨ ਢਿੱਲੋਂ ਦਾ ਅਸਲੀ ਨਾਮ ਹਰਦੀਪ ਖਾਨ ਸੀ ਤੇ ਗਾਇਕੀ 'ਚ ਆਉਣ ਲਈ ਉਹਨਾਂ ਨੇ ਆਪਣਾ ਨਾਮ ਜੱਟਾਂ ਵਾਲਾ ਰੱਖ ਲਿਆ ਸੀ ਪਰ ਦੂਸਰੇ ਪਾਸੇ ਅਰਜਨ ਢਿੱਲੋਂ ਵੱਲੋਂ ਅਜੇ ਤੱਕ ਆਪਣੇ ਵਿਰੋਧੀਆਂ ਨੂੰ ਕੋਈ ਵੀ ਜਵਾਬ ਬੋਲ ਕੇ ਨਹੀਂ ਦਿੱਤਾ ਗਿਆ ਜਿਹੜੇ ਕਿ ਸ਼ਾਇਦ ਧਾਕ ਲਈ ਬੈਠੇ ਹੋਣ ਕਿ ਅਰਜਨ ਵੀ ਕੁਝ ਬੋਲੇਗਾ ਤੇ ਵਿਵਾਦ ਵਧੇਗਾ ਇੱਥੇ ਸਗੋਂ ਅਰਜਨ ਨੇ ਆਪਣੇ ਅਗਲੇ ਗਾਣੇ ਬਾਰੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਕੇ ਆਪਣੇ ਕੰਮ ਵੱਲ ਹੀ ਧਿਆਨ ਦਿੱਤਾ ਜਿਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਅਰਜਨ ਨੇ ਆਪਣੀ ਚੁੱਪ ਨਾਲ ਹੀ ਜਵਾਬ ਦੇ ਦਿੱਤਾ ਤੇ ਦੋਸਤੋ ਕੋਰ ਵਾਲੇ ਮਾਨਨੋ ਸਿੰਘ ਨੇ ਜੋ ਵੀ ਆਪਣੀ ਵੀਡੀਓ ਵਿੱਚ ਕਿਹਾ ਕਿ ਤੁਸੀਂ ਵੀ ਉਸ ਨਾਲ ਸਹਿਮਤ ਹੋ ਜਾਂ ਨਹੀਂ ਇਸ ਬਾਰੇ ਸਾਨੂੰ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਧੰਨਵਾਦ ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਦੇਖਦੇ ਰਹਿਣਾ ਧੜਕਣ ਪੰਜਾਬੀ